ਮੁੰਡਿਆਂ ਨੂੰ ਮਿਲਿਆ ਪਹਾੜਾਂ ਦੇ ਵਿੱਚ ਮੈਗੀ ਖਾਣ ਦਾ ਮੌਕਾ। ਕਹਿੰਦੇ ਸੂਰਜ ਢਲਣ ਲੱਗ ਪਿਆ, ਮੈਗੀ ਤਾਂ ਕੀ ਖਾਣੀ, ਚਾਹ ਤੱਕ ਨਹੀਂ ਮਿਲੀ ਮੁੰਡਿਆਂ ਨੂੰ। ਬਾਕੀ ਗੱਲਬਾਤ ਹੈ ਨਾ, ਅਲੱਗ ਹੀ ਹੈ ਨਾ ਪਹਾੜਾਂ 'ਚ ਖਾਣ ਦੀ ਮੈਗੀ। ਕਿਤੇ ਟਰਨਲ ਦੇ ਅੰਦਰ ਆਵਾਜ਼ ਦੇਖੋ, ਪੱਖੇ ਚੱਲਦੇ ਬਹੁਤ ਤੇਜ਼, ਜਿਹੜੇ ਜਹਾਜ਼ ਵਾਲੇ ਹੁੰਦੇ ਹਵਾ ਕੱਢਣ ਨੂੰ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਹਾਂ ਤੁਹਾਡਾ ਨਵੀਂ ਵੀਡੀਓ 'ਚ, ਨਵੇਂ ਵਲੋਗ 'ਚ। ਅੱਜ ਦੇ ਵਲੋਗ 'ਚ ਆਪਾਂ ਜਾ ਰਹੇ ਹਾਂ ਮਨੀਕਰਨ ਸਾਹਿਬ, ਅਤੇ ਟਾਈਮ ਹੋ ਗਿਆ ਜੀ ਦੁਪਹਿਰ ਦੇ 2:15 ਹੋ ਚੱਲੇ ਆ, 2:10 ਹੀ ਹੋਏ ਆ, ਅਤੇ ਨਿਕਲ ਰਹੇ ਹਾਂ ਆਪਾਂ ਪਿੰਡੋਂ ਜਾ ਰਹੇ ਹਾਂ। ਮੁੰਡੇ ਫਰੈਂਡ ਆ, ਨਾਲ ਛੋਟਾ ਭਰਾ ਆ, ਨਾਲ ਆਪਾਂ ਜਾਣਾ ਨਵੇਂ ਰੂਟ ਥਾਣੀ। ਨਵਾਂ ਰੂਟ ਨਹੀਂ ਹੈਗਾ, ਅਲੱਗ ਰੂਟ ਆ। ਜਿੱਦਾਂ ਉੱਦਾਂ ਜੇ ਆਪਾਂ ਜਲੰਧਰ ਵੱਲ ਦੀ ਜਾਈਏ ਤਾਂ ਆਪਾਂ ਨੂੰ ਜਾਣਾ ਪੈਂਦਾ ਅਨੰਦਪੁਰ ਸਾਹਿਬ ਵੱਲ ਦੀ, ਹੈ ਨਾ, ਹੋ ਕੇ, ਅਤੇ ਆਪਾਂ ਉਹ ਰੂਟ ਨਹੀਂ। ਉੱਧਰ ਰਸ਼ ਬਹੁਤ ਹੁੰਦਾ, ਟ੍ਰੈਫਿਕ ਬਹੁਤ ਹੁੰਦਾ, ਟਰੱਕ ਟਰੁੱਕ ਜ਼ਿਆਦਾ ਹੁੰਦੇ। ਆਪਾਂ ਤਾਂ ਨਵਾਂ ਰੂਟ ਦਿਖਾਵਾਂਗੇ, ਨਾਲੇ ਵਧੀਆ ਖਾਲੀ ਰਾਸਤਾ। ਬਾਕੀ ਬਣੇ ਜੋ, ਤੁਹਾਨੂੰ ਫੁੱਲ ਡਿਟੇਲ ਦੇਵਾਂਗੇ ਕਿੰਨਾ ਤੇਜ਼ ਲੱਗਾ ਕਿੰਨਾ ਨਹੀਂ। ਬਾਕੀ ਬੰਦਿਆਂ ਨਾਲ ਮਿਲਾ ਦਈਏ, ਆਪਣਾ ਛੋਟਾ ਭਰਾ ਇਹ ਵੀ ਜਾ ਰਿਹਾ ਨਾਲ। ਭਾਈ ਕੀ ਕਹਿਣਾ ਚਾਹੁੰਦੇ ਮਨੀਕਰਨ ਸਾਹਿਬ ਜਾ ਰਹੇ ਯਾਤਰਾ ਦੀ? ਭਾਈ ਬਹੁਤ ਵਧੀਆ, ਮੈਨੂੰ ਫੀਲਿੰਗ ਆ ਰਹੀ ਹੈ, ਮਤਲਬ ਵਧੀਆ ਲੱਗ ਰਿਹਾ। ਬਹੁਤ ਟਾਈਮ ਬਾਅਦ ਚੱਲੇ ਹਾਂ, ਮੈਂ 1984 ਜੇ ਗਿਆ ਸੀ ਪਹਿਲਾਂ। ਇਹ ਜ਼ਿਆਦਾ ਹੋ ਗਿਆ, ਇੱਕ ਉਹ ਬੰਦਾ ਹਟਾ ਰਿਹਾ। ਬਾਕੀ ਗੱਡੀ ਆਪਾਂ ਆਹ ਲੈ ਕੇ ਜਾ ਰਹੇ ਹਾਂ। ਲਓ ਜੀ, ਬੰਦੇ ਪੂਰੇ ਰੈਡੀ ਹੋ ਗਏ, ਚਾਰੇ ਬੰਦੇ ਆ ਗਏ ਆ ਜਿਹੜੇ ਜਾਣ ਵਾਲੇ ਆ। ਬਾਕੀ ਟਾਈਮ ਹੋ ਗਿਆ, ਨਿਕਲਦੇ ਨਿਕਲਦੇ 2:20, ਅਤੇ ਸਾਡਾ ਜਿਹੜਾ ਪਿੰਡ ਆ ਧਾਲੀਵਾਲ ਜਲੰਧਰ ਤੋਂ ਹੈਗਾ 17-18 ਕਿਲੋਮੀਟਰ ਅੰਦਰ ਨੂੰ ਨਕੋਦਰ ਸਾਈਡ, ਅਤੇ ਬਾਕੀ ਜੀਰੋ ਆਪਾਂ ਲਾ ਲਈ ਆ, ਦੇਖ ਲਓ ਜੀ। ਤੁਹਾਨੂੰ ਨਾਲ ਨਾਲ ਦੱਸਾਂਗੇ ਕਿੰਨਾ ਖਰਚਾ ਆ, ਕਿੰਨਾ ਨਹੀਂ ਤੇਲ ਦਾ, ਉਹ ਵੀ ਦੱਸਾਂਗੇ ਗੱਡੀ ਨੇ ਕਿੰਨਾ ਤੇਲ ਖਾਧਾ ਅਤੇ ਕਿੰਨੇ ਕਿਲੋਮੀਟਰ ਸਾਨੂੰ ਪੈ ਗਿਆ ਨਵੇਂ ਰਾਹ ਥਾਣੀ। ਬਾਕੀ ਲੱਗੇ ਹੁਣ ਆਪਾਂ ਜਗਾਰਾ ਲਾਉਣ, ਮੁੰਡੇ ਲਾ ਦੇ ਜਗਾਰਾ, ਫਿਰ ਖਿੱਚ ਕੇ। ਸਤਿ ਸ਼੍ਰੀ ਅਕਾਲ। ਚਲੋ ਜੀ, ਆਪਾਂ ਜਾਣਾ ਹੁਸ਼ਿਆਰਪੁਰ, ਪਹਿਲਾਂ ਹੁਸ਼ਿਆਰਪੁਰ ਤੋਂ ਉਨਾ, ਉਨੇ ਤੋਂ ਫਿਰ ਆਪਾਂ ਜਾਣਾ ਯਾਹੂ, ਫਿਰ ਯਾਹੂ ਤੋਂ ਆਪਾਂ ਲੋਕੇਸ਼ਨ ਲੈ ਲੈਣੀ ਆ। ਉਹ ਰਾਹ ਤੁਹਾਨੂੰ ਦਿਖਾਵਾਂਗੇ, ਬਹੁਤ ਵਧੀਆ ਰਾਸਤਾ। ਬਾਕੀ ਗੱਡੀ ਸਾਡੇ ਤੇਲ ਘੱਟ ਆ, ਹੋਊ 300-400-500 ਦਾ ਤੇਲ ਪਵਾਵਾਂਗੇ ਹੁਣ ਆਪਾਂ ਥੋੜਾ ਜਿਹਾ ਅੱਗੇ ਜਾ ਕੇ। ਪ੍ਰੋਫਿਟ ਸ਼ੋ ਕਰਨਾ ਨਹੀਂ, ਕੀ ਕਹਿਣਾ ਚਾਹੁੰਦੇ ਤੁਸੀਂ ਜਾ ਰਹੇ ਆ ਮਨੀਕਰਨ ਸਾਹਿਬ? ਮੈਂ ਭਾਈ 2005 'ਚ ਗਿਆ ਹੈਗਾ। 2005 'ਚ ਗਿਆ ਸੀ? ਹਾਂ, ਤੇ ਫਿਰ ਤਾਂ ਬਹੁਤ ਟਾਈਮ ਬਾਅਦ ਚੱਲਾਂ ਤੂੰ। ਹਾਂ, ਉਹ ਤਾਂ 5 ਸਾਲ ਦਾ ਹੈਗਾ, ਪਰ ਮੈਂ ਯਾਦ ਆ ਕੀ ਕੀ ਹਿਸਾਬ ਦਾ ਉੱਥੇ। ਚਲੋ ਵਧੀਆ। ਹੁਣ ਆਪਾਂ ਪੰਪ ਤੋਂ ਪਵਾਉਂਦੇ ਥੋੜ੍ਹਾ ਜਿਹਾ ਤੇਲ, ਅਤੇ ਫਿਰ ਆਪਾਂ ਅੱਗੇ ਚੱਲਦੇ ਸਫ਼ਰ। ਆਹ ਦੇਖ ਲਓ, 2010 ਨਾ ਫੁੱਲ ਟੈਂਕੀ 'ਤੇ ਚੱਲ ਗਈ ਆ। ਹੁਣ ਬਾਕੀ ਦੇਖਦੇ ਇੰਨੇ ਨਾਲ ਕਿੰਨੀ ਚੱਲਦੀ ਗੱਡੀ, ਕਿੰਨੀ ਨੇ। ਜੀਰੋ ਲਾ ਲਈ ਸੀ ਘਰੋਂ ਆਪਾਂ, 5-7 ਕਿਲੋਮੀਟਰ ਆ ਗਏ ਹਾਂ, ਅਤੇ ਬਾਕੀ ਦੱਸਾਂਗੇ ਤੁਹਾਨੂੰ ਕਿੰਨਾ ਖਾਂਦੀ ਗੱਡੀ, ਕਿੰਨਾ ਤੇਲ ਨਹੀਂ। ਬਾਕੀ ਜੇ ਤੁਸੀਂ ਸਾਡੇ ਹਿਸਾਬ ਨਾਲ ਜਾਣਾ ਨਾ, ਤੁਸੀਂ ਵਧੀਆ, ਮਤਲਬ ਤੁਹਾਨੂੰ ਟ੍ਰੈਫਿਕ ਨਾ ਮਿਲੇ, ਵਧੀਆ ਰੋਡ ਐਨ ਪੱਧਰਾ, ਤਾਂ ਤੁਸੀਂ ਪਹਿਲਾਂ ਜਾਣਾ ਹੁਸ਼ਿਆਰਪੁਰ, ਹੁਸ਼ਿਆਰਪੁਰ ਤੋਂ ਉਨਾ ਭਰ ਲਓ, ਉਨਾ ਜਦੋਂ 10 ਕਿਲੋਮੀਟਰ ਰਹਿ ਗਿਆ ਫਿਰ ਤੁਸੀਂ ਯਾਹੂ ਭਰਨਾ। ਹੁਣ ਸਾਡਾ ਇੱਥੋਂ ਹੈਗਾ ਉਨਾ 90 ਕਿਲੋਮੀਟਰ, ਜਿੱਥੇ ਇਸ ਟਾਈਮ ਅਸੀਂ ਹੈਗੇ ਹਾਂ। ਲਓ ਜੀ, ਫਗਵਾੜਾ ਸ਼ਹਿਰ ਐਂਟਰ ਹੋ ਗਏ ਹਾਂ, ਅਤੇ ਫਗਵਾੜੇ ਤੋਂ ਸਿੱਧਾ ਹੁਣ ਜਾਣਾ ਆਪਾਂ ਹੁਸ਼ਿਆਰਪੁਰ। ਬਾਕੀ ਸਾਨੂੰ ਬੇਸਬਰੀ ਦਾ ਇੰਤਜ਼ਾਰ ਆ ਵੀ ਫਟਾਫਟ ਪਹਾੜਾਂ 'ਚ ਪਹੁੰਚੀਏ, ਅਤੇ ਜਾ ਕੇ ਚਾਹ ਪੀਏ ਪਹਾੜਾਂ ਦੇ ਵਿੱਚ, ਮੈਗੀ ਮੁਗੀ ਖਾਈਏ, ਕਿਉਂਕਿ ਨਜ਼ਾਰਾ ਵੀ ਵੱਖਰਾ ਯਾਰ ਉੱਥੇ ਮੈਗੀ ਖਾਣ ਦਾ, ਹੈ ਨਾ। ਲਓ ਜੀ, ਇੱਥੋਂ ਕਾਂਗੜਾ ਧਰਮਸ਼ਾਲਾ 161 ਕਿਲੋਮੀਟਰ, ਇਹ ਹੈਗਾ ਜੀ ਹੁਸ਼ਿਆਰਪੁਰ ਵਾਲਾ ਰੋਡ। ਪਿਛਲੀ ਵਾਰ ਇੱਥੋਂ ਲੰਘ ਕੇ ਗਈ ਹਾਂ, ਗੁਰਦੁਆਰਾ ਸਾਹਿਬ ਲੰਗਰ ਲੱਗਾ ਸੀਗਾ, ਪੂੜੀਆਂ ਛੋਲਿਆਂ ਦਾ ਛੱਕ ਕੇ ਗਏ। ਲੰਗਰ ਦੀ ਆਸ 'ਚ ਹਾਂ, ਲੰਗਰ ਦੀ ਆਸ 'ਚ, ਪਰ ਲੰਗਰ ਹੁਣ ਕੋਈ ਨਹੀਂ ਮਿਲਣਾ। ਮੁੰਡੇ ਕਹਿੰਦੇ ਲੇਜ ਲੈਣ ਗਏ ਆ, ਭੁੱਖ ਜਿਹੀ ਲੱਗੀ ਆ, ਅਤੇ ਨਾਲੇ ਆਪਾਂ ਬਿਸਕੁਟ ਥੋੜ੍ਹੇ ਜਿਹੇ ਲੈ ਲਈਏ, ਬਾਂਦਰਾਂ ਨੂੰ ਪਾਵਾਂਗੇ, ਲਹਿਰ 'ਚ ਕੱਢਾਂਗੇ ਉਹਨਾਂ ਨਾਲ ਘੜੀ। ਬਾਕੀ ਇੱਕ ਗੱਲ ਆ, ਆਹ ਹੁਣੀ ਸਾਨੂੰ ਰੋਕਿਆ ਸੀ ਨਾਕੇ 'ਤੇ, ਬੈਲਟ ਸਾਡੇ ਲੱਗੀਆਂ ਸੀ, ਧੱਕੇ ਨਾਲ ਕਹਿੰਦੇ ਬੈਲਟ ਨਹੀਂ ਲੱਗੀ। ਮੈਂ ਕਿਹਾ ਭਾਜੀ ਬੈਲਟ ਲੱਗੀ, ਬੈਲਟ ਤੋਂ ਬਿਨਾਂ ਅਸੀਂ ਤੁਰੀਦਾ ਨਹੀਂ, ਬੈਲਟ ਜ਼ਰੂਰ ਲਾ ਕੇ ਤੁਰਿਆ ਕਰੋ, ਠੀਕ ਹੈ ਮੇਰੇ ਵੀਰ ਭਰਾ, ਇਹ ਰਿਸਕ ਨਾ ਲਿਓ, ਤੁਹਾਨੂੰ ਪਤਾ ਹੀ ਨਹੀਂ ਲੱਗਣਾ ਵੀ ਮਤਲਬ ਕਦੋਂ ਪੁਲਿਸ ਵਾਲੇ ਆ ਗਏ, ਇੱਕਦਮ ਮੋੜ 'ਤੇ ਹੁੰਦੇ ਆ। ਲਓ ਜੀ, ਪਹਿਲਾਂ ਪਹਾੜ ਸ਼ੁਰੂ ਹੋ ਗਿਆ, ਅਤੇ ਮੁੰਡੇ ਵੀ ਸ਼ੁਰੂ ਹੋ ਗਏ ਲੇਜ ਖਾਣੇ, ਅਤੇ ਪਿੱਛੇ ਸਾਨੂੰ ਪੁਲਿਸ ਵਾਲਾ ਰੋਕਿਆ ਸੀਗਾ, ਧੱਕੇ ਨਾਲ ਕਹਿੰਦਾ ਸੀ, ਕਹਿੰਦਾ ਤੁਹਾਡੀ ਬੈਲਟ ਨਹੀਂ ਲੱਗੀ, ਬੈਲਟਾਂ ਸਾਡੀਆਂ ਲੱਗੀਆਂ ਸੀਗੀਆਂ, ਇਸ ਕਰਕੇ ਥੋੜ੍ਹਾ ਜਿਹਾ ਧਿਆਨ ਰੱਖਿਆ ਕਰੋ, ਬੈਲਟ ਲਾ ਕੇ ਆਉਣਾ ਤੁਸੀਂ, ਹੁਣ ਗੱਡੀ 'ਤੇ ਜ਼ੋਰ ਲੱਗਣਾ ਪਿਆ, ਅਤੇ ਹੁਣ ਤੁਹਾਨੂੰ ਆਪਾਂ ਥੋੜ੍ਹੇ ਜਿਹੇ ਵਿਊ ਦਿਖਾਉਂਦੇ ਬਾਹਰਲਾ, ਪਹਿਲਾਂ ਅੰਦਰਲਾ ਵਿਊ ਦੇਖ ਲਓ, ਬਾਹਰਲਾ ਬਾਅਦ ਦੇਖ ਲਿਓ। ਮੁੰਡਿਆਂ ਨੇ ਇੱਦਾਂ ਭੁੱਖਾ ਲੱਗੀਆਂ ਜਿੱਦਾਂ ਮਤਲਬ ਪਤਾ ਨਹੀਂ 2 ਦਿਨਾਂ ਤੋਂ ਕੋਈ ਖਾਧਾ ਨਹੀਂ ਹੁੰਦਾ, ਕਿੱਦਾਂ ਪਿੱਛੇ ਕੜ 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 ਲਾਈਆ, ਬਾਂਦਰਾਂ ਲਈ ਸਮਾਨ ਲਿਆ ਸੀ, ਆਪ ਹੀ ਖਾਣਾ ਪਿਆ। ਲੈ ਭਾਈ ਲੱਗ ਗਿਆ ਮਾਮਾ, ਤੁਹਾਡੇ ਬੈਸਟਾਂ 'ਚ ਕਦੇ ਬਾਂਦਰਾਂ ਦਾ ਲਿਆ ਜੇ, ਆਇਓ ਲਓ ਮਹਾਰਾਜ। ਲਓ ਜੀ,
ਲਾ ਲਓ ਜੀ ਉਨਾ ਰਹਿ ਗਿਆ ਇਥੋਂ 20 ਕਿਲੋਮੀਟਰ ਉਨਾ ਜੇ 10 ਕਿਲੋਮੀਟਰ ਰਹਿ ਗਿਆ ਉਥੋਂ ਆਪਾਂ ਭਰ ਦੇਣੀ ਲੋਕੇਸ਼ਨ ਯਾਹੂ ਠੀਕ ਹੈ ਜੀ ਯਾਹੂ ਤੋਂ ਫਿਰ ਯਾਹੂ ਪਹੁੰਚ ਕੇ ਫਿਰ ਆਪਾਂ ਭਰ ਦੇਣਾ ਸਿੱਧਾ ਮਨੀਕਰਨ ਸਾਹਿਬ ਬਾਕੀ ਇੱਕ ਗੱਲ ਹੋਰ ਆ ਪਹਾੜਾਂ ਜਦੋਂ ਆਪਾਂ ਚੜ੍ਹਦੇ ਹਾਂ ਤੁਹਾਨੂੰ ਪਤਾ ਹੀ ਹੋਣਾ ਜਿਹੜੇ ਪਹਾੜਾਂ ਤੇ ਹੁੰਦੇ ਆ ਜਿਹਦੇ ਪਹਾੜਾਂ ਤੇ ਗੱਡੀ ਚੱਲਦੀ ਆ ਆਪਣੇ ਕੰਨ ਕਦੀ ਬੰਦ ਹੋਣੇ ਕਦੀ ਖੁੱਲ ਜਾਣੇ ਕਦੀ ਬੰਦ ਹੋਣੇ ਪਤਾ ਨਹੀਂ ਇਦਾਂ ਕਿਉਂ ਹੁੰਦਾ ਪਰ ਹੁੰਦਾ ਹੈਗਾ ਇਦਾਂ ਹਰ ਵਾਰ ਹੁੰਦਾ ਹੁਣ ਜਦੋਂ ਵਿੱਚੇ ਕੰਨ ਜੇ ਬੰਦ ਹੋ ਜਾਂਦੇ ਸਾਡੇ ਤੇ ਵਿੱਚੇ ਖੁੱਲ ਜਾਂਦੇ ਆ ਉਹ ਉਦਾਂ ਹੋਣਾ ਚੰਗਾ ਹੁੰਦਾ ਪਹਾੜਾਂ ਤੇ ਵੈਲਕਮ ਟੂ ਹਿਮਾਚਲ ਲਓ ਜੀ ਹਿਮਾਚਲ ਚ ਐਂਟਰ ਹੋ ਗਏ ਆਪਾਂ ਵੈਸੇ ਤਾਂ ਕਾਫੀ ਪਿੱਛੇ ਹੋ ਗਏ ਸੀਗੇ ਤੇ ਬਾਕੀ ਇੱਧਰ ਦੀ ਆਉਂਗੇ ਨਾ ਤੁਹਾਨੂੰ ਇਹ ਗੱਲ ਸੱਚ ਆ ਇਹ ਚ ਕੋਈ ਸ਼ੱਕ ਨਹੀਂ ਹੈਗਾ ਤੁਹਾਡੇ ਸਾਹਮਣੇ ਹੀ ਆ ਕੋਈ ਰਸ਼ ਨਹੀਂ ਮਿਲਣਾ ਤੁਹਾਨੂੰ ਉੱਧਰ ਦੀ ਜਾਓਗੇ ਆਨੰਦਪੁਰ ਸਾਹਿਬ ਵਾਲੀ ਉੱਧਰ ਟਰੱਕਾਂ ਨੇ ਬਹੁਤ ਗਾਹ ਪਾਇਆ ਹੁੰਦਾ ਕਿਉਂਕਿ ਸੀਮੈਂਟ ਵਾਲੀ ਫੈਕਟਰੀ ਹੁੰਦੀ ਨਾ ਰਸਤੇ ਚ ਤੇ ਇੱਧਰੋਂ ਜਾਓ ਇੱਧਰੋਂ ਬਹੁਤ ਵਧੀਆ ਰਸਤਾ ਆ ਅਸੀਂ ਤਾਂ ਇੱਧਰੋਂ ਜਦੋਂ ਸਾਨੂੰ ਪਤਾ ਲੱਗਾ ਸੀ ਨਾ ਅਸੀਂ ਉਦੋਂ ਬਾਅਦ ਇੱਧਰੋਂ ਹੀ ਗਏ ਹਰੇਕ ਵਾਰ ਇੱਧਰੋਂ ਜਾਈਦਾ ਬਾਕੀ ਤੁਹਾਨੂੰ ਹਿਮਾਚਲ ਦੀ ਨਾ ਥੋੜ੍ਹੀ ਇੱਥੇ ਪਰਚੀ ਕਟਾਉਣੀ ਪੈਂਦੀ 24 ਘੰਟੇ ਦੀ ਐਂਟਰੀ ਪੈ ਜਾਂਦੀ ਆ 50 ਰੁਪਏ ਦੇ ਵਿੱਚ ਇਹ ਜ਼ਰੂਰੀ ਆ ਪਤਾ ਲੱਗਦਾ ਵੀ ਤੁਹਾਡੇ ਤੋਂ ਪ੍ਰੂਫ ਆ ਵੀ ਤੁਸੀਂ ਹਿਮਾਚਲ 'ਚ ਐਂਟਰ ਹੋ ਗਏ ਠੀਕ ਹੈ ਜੀ ਬਾਕੀ ਦੇਖੋ ਸਾਹਮਣੇ ਧੁੱਪ ਆ ਇੱਥੇ ਛਾਂ ਸੀਗੀ ਪਿੱਛੇ ਅਤੇ ਰਾਸਤਾ ਬਹੁਤ ਸੋਹਣਾ ਆ ਇੱਧਰ ਸਿੱਧੀਆਂ ਖੱਡਾਂ ਆ ਇੱਧਰ ਛੋਟਾ ਜਿਹਾ ਪਹਾੜ ਰਹਿ ਗਿਆ ਕੱਟ ਕੇ ਲਿਜਾਣਾ ਹਲੇ ਤੋਂ ਮਿੱਟੀ ਚੱਕ ਚੱਕ ਚੁੱਕੇ ਪਾਈ ਜਾਂਦੇ ਮੈਨੂੰ ਲੱਗਦਾ ਬਾਕੀ ਰਾਸਤਾ ਪੂਰਾ ਪੱਧਰ ਆ ਇਹ 'ਚ ਕੋਈ ਸ਼ੱਕ ਨਹੀਂ ਹੈਗੀ ਉੱਧਰੋਂ ਤੋਂ ਇੱਧਰੋਂ ਬਹੁਤ ਫਰਕ ਆ ਰਾਸਤਾ ਐਨ ਵਧੀਆ ਕੋਈ ਟ੍ਰੈਫਿਕ ਨਹੀਂ ਕੋਈ ਜਾਮ ਨਹੀਂ ਨਜ਼ਾਰੇ ਨਾਲ ਜਾਓ ਕੋਈ ਟੈਨਸ਼ਨ ਨਹੀਂ ਹੁਣ ਆਪਾਂ ਥੋੜ੍ਹਾ ਜਿਹਾ ਅੱਗੇ ਜਾ ਕੇ ਚਾਹ ਚੂਹ ਪੀਂਦੇ ਹਾਂ ਕਿਤੇ ਬਾਕੀ ਜਦੋਂ ਤੁਸੀਂ ਲੋਕੇਸ਼ਨ ਭਰਦੇ ਆ ਨਾ ਆਪਣੇ ਯਾਹੂ ਦੀ ਤਾਂ ਇੱਕ ਆਹ ਰਾਸਤਾ ਵਿੱਚ ਜ਼ਰੂਰ ਆਉਂਦਾ ਆ ਇਹ ਤਾਂ ਭੁਲੇਖਾ ਨਾ ਕਰੋ ਵੀ ਖਰੇ ਮੂਹਰੇ ਬੰਦ ਆ ਇਹ ਰਾਸਤਾ ਹਮੇਸ਼ਾ ਆਉਣਾ ਹੀ ਆ ਲੋਕੇਸ਼ਨ ਦੇ ਹਿਸਾਬ ਨਾਲ ਠੀਕ ਹੈ ਜੀ ਅਤੇ ਬਹੁਤ ਸੋਹਣਾ ਰਾਸਤਾ ਥੋੜ੍ਹੇ ਪਿੰਡਾਂ 'ਚੋਂ ਜਾਂਦਾ ਆ ਇਹ ਅਸੀਂ ਪਿੰਡੋਂ ਕਰ ਲਿਆ ਜੀ 100 ਕਿਲੋਮੀਟਰ ਦਾ ਪੂਰਾ ਸਫ਼ਰ ਆ ਦੇਖ ਲਓ ਤੇ ਹੁਣ ਆਪਾਂ ਰੁਕਦੇ ਕਿਤੇ ਚਾਹ ਚੂਹ ਪੀਂਦੇ ਹੁਣ ਥੋੜ੍ਹੀ ਜਿਹੀ ਖਿੱਚ ਪੈਣ ਲੱਗ ਪਈ ਆ ਸਰੀਰ 'ਚ ਮਤਲਬ ਚਾਹ ਚੂਹ ਪੀਂਦੇ ਹਾਂ ਕਿਤੇ ਇਹ ਕਹਿੰਦਾ ਜੀ ਮੈਂ ਲੈਂਡ ਸਲਾਈਡ ਥੱਲੇ ਆਉਣਾ ਜੀ ਦੱਸੋ ਇਹ ਕਿਹੜੀ ਗੱਲ ਆ ਜੀ ਕਹਿੰਦੇ ਮੁੰਡਿਆਂ ਨੂੰ ਭੁੱਖ ਵੱਧ ਰਹੀ ਆ ਤੇ ਮੁੰਡੇ ਹੁਣ ਪੜ੍ਹਨ ਲੱਗ ਪਏ ਮੈਗੀ ਪੁਆਇੰਟ ਇੱਕ ਢਾਬੇ 'ਤੇ ਲਿਖਿਆ ਮੈਗੀ ਪੁਆਇੰਟ ਮੁੰਡੇ ਨੇ ਕੰਨੀ ਕੱਢਿਆ ਮਤਲਬ ਸੁਣਾਇਆ ਸਾਨੂੰ ਵੀ ਮੈਗੀ ਪੁਆਇੰਟ ਵੀ ਮਤਲਬ ਹੁਣ ਭੁੱਖ ਲੱਗੀ ਆ ਤੇ ਭਾਅ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਭੁੱਖ ਬਾਰੇ ਕੀ ਖਿਆਲ ਆ ਭਾਅ ਜੀ ਭੁੱਖ ਤਾਂ ਸੈੱਟ ਹੈ ਮੈਂ ਕਿਹਾ ਇੱਧਰ ਮੁੰਡਾ ਆਕਸੀਜਨ ਸਿਲੰਡਰ ਮੰਗਦਾ ਵੈ ਕਾਫੀ ਉਚਾਈ 'ਤੇ ਆ ਗਏ ਪਹਾੜਾਂ ਦੀ ਕਾਫੀ ਉਚਾਈ ਆ ਅਤੇ ਹੁਣ ਜਿੱਦਾਂ ਦੇਖੋ ਹਲੇ ਟਾਈਮ ਹੋ ਗਿਆ ਜੀ ਪੂਰੇ 5 ਵੱਜ ਗਏ ਆ ਤੇ ਇੱਥੇ ਜਿੱਦਾਂ ਹੁਣ ਇੱਥੇ ਛਾਂ ਆ ਤੇ ਉੱਧਰ ਦੇਖ ਲਓ ਸਾਹਮਣੇ ਉੱਧਰ ਧੁੱਪ ਆ ਇੱਧਰ ਛਾਂ ਕਿਉਂਕਿ ਪਹਾੜਾਂ ਕਰਕੇ ਧੁੱਪ ਛਾਂ ਚੱਲੀ ਜਾਣੀ ਹਲੇ ਤੇ ਰੁਕਦੇ ਕਾਫੀ ਅੱਗੇ ਆ ਗਏ ਆ ਹਲੇ ਰੁਕੇ ਨਹੀਂ ਕਿਤੇ ਤੇ ਹੁਣ ਜ਼ਰੂਰ ਰੁਕਦੇ ਆਪਾਂ ਤੁਹਾਨੂੰ ਹੁਣ ਮਿਲਦੇ ਕਿਤੇ ਢਾਬੇ 'ਤੇ ਆਣੇ ਭਰਾ ਨੇ ਸਲਾਹ ਦਿੱਤੀ ਇੱਕ ਪਿੱਛੇ ਕਹਿੰਦਾ ਸੜਕ ਦੇ ਉੱਤੇ ਟੈਂਟ ਲਾ ਦੇਵੇ ਗੱਬੇ ਸੈਡਾਂ ਤੋਂ ਗੱਡੀਆਂ ਲੰਘਣ ਕਹਿੰਦਾ ਜੇ 5 ਮਿੰਟ ਕੱਢ ਗਿਆ ਬੰਦਾ ਤਾਂ ਵਰਲਡ ਰਿਕਾਰਡ ਬਣ ਜਾਣਾ ਕਿਆ ਗੱਲ ਗਈ ਤਾੜੀਆਂ ਮਾਰੋ ਸਾਰੇ ਆਣੇ ਭਰਾ ਦੇ ਨਾਲ ਮੁੰਡਿਆਂ ਦੇ ਹਾਸੇ ਹੁਸੇ ਮੁੱਕ ਗਏ ਆ ਢਿੱਡ ਨੂੰ ਖਿੱਚ ਪੈ ਰਹੀ ਆ ਕਹਿੰਦੇ ਰੋਕ ਮੈਂ ਕਿਹਾ ਹਲੇ ਰੋਕਣੀ ਗਾਹ ਲੱਗ ਮੈਗੀ ਪੁਆਇੰਟ ਪੜ੍ਹੀ ਜਾਂਦੇ ਆ ਹੁਣ ਕਹਿੰਦੇ ਘਰ ਚੇਤੇ ਆਉਂਦਾ ਮੈਂ ਕਿਹਾ ਹਲੇ ਤਾਂ ਬਹੁਤ ਕੁਝ ਚੇਤੇ ਆਉਣਾ ਇੱਥੇ ਗਾ ਕੇ ਘਰ ਚੇਤੇ ਆ ਗਿਆ ਹੁਣ ਰੋਕਣ ਨੂੰ ਕਹਿੰਦੇ ਮੈਂ ਕਿਹਾ ਤੁਹਾਡਾ ਗਾਹ ਚੱਲਦੇ ਆ ਤੇ ਟੈਟੂ ਜਿੱਦਾਂ ਹੁਣ ਭੁੱਖ ਲੱਗ ਗਈ ਮੁੰਡਿਆਂ ਜ਼ਿਆਦਾ ਦੇਖਦੇ ਹੁਣ ਗਾਹ ਰੋਕਦੇ ਆ ਰੋਕਣ ਨੂੰ ਦਿਲ ਜਿਹਾ ਨਹੀਂ ਕਰਦਾ ਥੋੜ੍ਹਾ ਹੈ ਕਿ ਅੱਗੇ ਚੱਲ ਜਾਈਏ ਲਓ ਜੀ ਬਾਕੀ ਸ਼ਾਮ ਹੋ ਗਈ ਆ ਤੇ ਟਾਈਮ ਦੇਖ ਲਓ ਤੁਸੀਂ 6 ਵਜੇ ਨੂੰ 10 ਮਿੰਟ ਰਹਿ ਗਏ ਆ ਜਲਦੀ ਪਹਾੜਾਂ ਜਲਦੀ ਹਨੇਰਾ ਹੋ ਜਾਂਦਾ ਨਾ ਬਾਕੀ ਲੋਕੇਸ਼ਨ ਦੇਖੋ ਤੁਸੀਂ ਲਓ ਜੀ ਕਹਿੰਦੇ ਪਹਾੜਾਂ ਦੇ ਮੁੰਡੇ ਹੁਣ ਖਾਣ ਲੱਗੇ ਆ ਮੈਗੀ ਬਾਕੀ ਮਨੀਕਰਨ ਸਾਹਿਬ ਇੱਥੋਂ 180 ਕਿਲੋਮੀਟਰ ਟੋਟਲ ਤੇ ਆਪਾਂ ਰੁਕਣਾ ਮੰਡੀ ਹੈਗਾ 70-80 ਕਿਲੋਮੀਟਰ ਹੋਰ ਆ ਜਾਂ 90 ਕਿਲੋਮੀਟਰ ਹੋਊਗਾ ਸ਼ੋਰ ਨਹੀਂ ਮੈਨੂੰ ਕਿੰਨਾ ਮੈਗੀ ਖਾ ਕੇ ਨਿਕਲਦੇ ਇੱਥੋਂ ਬਾਕੀ ਬਣੇ ਰਹੇ ਬਲੋਗ ਦਾ ਲਓ ਜੀ ਮੈਗੀ ਰੈਡੀ ਹੋ ਰਹੀ ਹੈ ਬਾਕੀ ਜਿਹੜੇ ਢਾਬੇ ਉੱਤੇ ਅਸੀਂ ਖੜ੍ਹੇ ਹਾਂ ਇੱਥੋਂ ਧਰਮਸ਼ਾਲਾ ਹੈਗਾ 105 ਕਿਲੋਮੀਟਰ
ਬਾਕੀ ਭਰਾ ਸਾਡੇ ਹਲਕੇ ਹੋ ਗਏ ਆ ਚੀਜ਼ੀ ਖੜੀ ਹੈ ਸਮਾਨ ਛੇੜਦਾ ਹੀ ਅੰਕਲ ਨੇ ਟੋਕਿਆ ਇਹਨੂੰ ਚੰਗਾ ਲੱਗਦਾ ਭਰਾ ਦੱਸੋ ਸਮਾਨ ਕਿਉਂ ਛੇੜਦਾ ਤਾਂ ਉਧਰ ਪਿਆ ਹੈ ਚੀਜ਼ੀ ਖੜੀ ਹੈ ਠਾਕਰ ਸਿੰਘ ਨੇ ਚੀਜ਼ੀ ਖਣੀ ਹੈ ਐਡੀ ਠੰਡ ਹੈ ਨਹੀਂ ਜਿੱਡਾ ਕੋਟ ਪਾਇਆ ਹੈ ਇੱਥੇ ਤਾਂ 10 ਡਿਗਰੀ ਟੈਂਪਰੇਚਰ ਚੱਲਦਾ ਉੱਥੇ ਜਾ ਕੇ ਪਤਾ ਨਹੀਂ ਕਿੰਨਾ ਹੋਣਾ ਅੰਕਲ ਕਹਿੰਦਾ ਮੈਂ ਬੰਨ ਲੈਣਾ ਕਮਰੇ 'ਚ ਇਹਨੂੰ ਮੈਂ ਨਾ ਛੇੜ ਸਮਾਨ ਇਹ ਹਟਦਾ ਹੀ ਨਹੀਂ ਛੇੜ ਤੋਂ ਹੁਣ ਮਜਬੂਰ ਆ ਹੁਣ ਮਜਬੂਰ ਆ ਕੀ ਕਰੇ ਆਦਤ ਤੋਂ ਮਜਬੂਰ ਆ ਇਹ ਮੁੰਡਿਆਂ ਦੀ ਮੈਗੀ ਜੀ ਨਿਗਾਹ ਹੈ ਨਾ ਇੱਥੇ ਆ ਡੱਬੇ 'ਚ ਫੋਕਸ ਆ ਤਿੰਨਾਂ ਦਾ ਵੀ ਕਦੋਂ ਆਵੇ ਕਦੋਂ ਖਾਈਏ ਆ ਦੇਖੋ ਕਿੰਨਾ ਵੀ ਸਤਿਕਾਰ ਕਰਦਾ ਖੜ ਗਿਆ ਦੇਖੋ ਜੀ ਗੱਲ ਹੋ ਰਹੀ ਹੈ ਅੱਛਾ ਜੀ ਗੱਲ ਆ ਸਹੀ ਗੱਲ ਆ ਪੂਰਾ ਸਤਿਕਾਰ ਭਾਜੀ ਕਹਿੰਦੇ ਸਾਡੇ ਤੋਂ ਜਲੰਧਰੋਂ ਬਹੁਤ ਲੋਕ ਆਉਂਦੇ ਆ ਇੱਥੇ ਮੈਗੀ ਖਾ ਕੇ ਜਾਂਦੇ ਆ ਲੰਘ ਤੇ ਵੜਦੇ ਵਧੀਆ ਮੈਂ ਕਿਹਾ ਰੇਟ ਵੀ ਕੋਈ ਜ਼ਿਆਦਾ ਨਹੀਂ 25 ਰੁਪਏ ਦੀ ਮੈਗੀ ਆ ਇਹਦੇ ਵਿੱਚ ਪਾ ਕੇ ਦਿੰਦੇ ਤੁਹਾਨੂੰ ਦਿਖਾ ਦਿੰਦੇ ਕਿੱਦਾਂ ਦੀ ਆ ਜਿੰਨੀਆਂ ਮੁੰਡਿਆਂ ਦੀਆਂ ਖੁਰਾਕਾਂ ਹੈ ਇੰਨੀ ਮੈਗੀ ਤਾਂ ਦਾੜਾਂ 'ਚ ਰਹਿਣੀ ਮੁੰਡਿਆਂ ਦੇ ਇਹ ਲਿਜਾਵਾਂਗੇ ਹੁਣ ਲੰਗਰ ਹੀ ਖਿਲਾਵਾਂਗੇ ਇਹਨੂੰ ਉੱਥੇ ਜਾ ਕੇ ਇੱਦਾਂ ਕੰਮ ਔਖਾ ਮਸ਼ੀਨੀ ਫੁੱਲ ਕੇ ਖਾਓਗੇ ਮਸ਼ੀਨੀ ਫੁੱਲ ਕੇ ਨਾਲ ਗੱਲ ਬਣਨੀ ਇਹਨਾਂ ਦੀ ਮੈਗੀ ਮੁਗੀ ਤਾਂ ਦਾੜਾਂ 'ਚ ਰਹਿਣੀ ਵਧੀਆ 25 ਰੁਪਏ ਦੇ ਵਿੱਚ ਠੀਕ ਆ ਵਾਕਈ ਗੱਲਬਾਤ ਹੈ ਨਾ ਅਲੱਗ ਹੀ ਹੈ ਨਾ ਪਹਾੜਾਂ 'ਚ ਖਾਣ ਦੀ ਮੈਗੀ ਨਾਲ ਮੁੰਡਿਆਂ ਨੇ ਕਹਿੰਦੇ ਬ੍ਰੈਡ ਲੈ ਲਿਆ ਤੇ ਵੱਖਰੀ ਵੱਖਰੀ ਆਈਟਮ ਪੇਸ਼ ਕੀਤੀ ਪਤਾ ਕੀ ਚੱਕਰ ਆ ਹੋਰ ਮੈਗੀ ਕਰਾਉਣ ਦੀ ਅਹਿਮੀਅਤ ਹੈ ਨਹੀਂ ਗੀ ਬ੍ਰੈਡ ਦਾ ਹਿਸਾਬ ਲੈ ਰਹੇ ਨਹੀਂ ਨਹੀਂ ਭਰਾ ਕਿਹੜੀ ਗੱਲ ਆ ਮੈਗੀਆਂ ਕੁਰਬਾਨ ਕਰ ਦਾਂਗੇ ਮੈਗੀ ਨਾ ਭਰ ਦਾਂਗੇ ਨਾਣੇ ਅਰੇ ਯਾਰ ਚਾਰ ਹੋਰ ਬੈਠੇ ਬੈਠੇ ਪੂਰਾ ਹਨੇਰਾ ਹੋ ਗਿਆ ਪਿੱਛੇ ਦੇਖ ਲਓ ਤੁਸੀਂ ਤੇ ਚਾਹ ਵੀ ਆਪਣੀ ਆ ਗਈ ਹੁਣ ਚਾਹ ਪੀਣੇ ਤੇ ਫਿਰ ਆਪਾਂ ਨਿਕਲਦੇ ਆ ਜੀ ਲਓ ਜੀ ਕਰਦੇ ਕਰਾਉਂਦੇ ਮੈਗੀ ਦੇ ਚੱਕਰਾਂ ਦੇ ਵਿੱਚ 7 ਵਜ ਗਏ ਇੱਥੇ ਹੀ ਤੇ ਹਨੇਰਾ ਬਹੁਤ ਹੋ ਗਿਆ ਤੇ ਸਾਡਾ ਜਿਹੜਾ ਟੋਟਲ ਸਫ਼ਰ ਆ ਮਨੀਕਰਨ ਸਾਹਿਬ ਦਾ ਉਹ ਹੈਗਾ 180 ਕਿਲੋਮੀਟਰ ਤੇ ਮੰਡੀ ਰੁਕਣਾ ਸੀ ਉਹ ਹੈਗਾ 84 ਕਿਲੋਮੀਟਰ ਬਾਕੀ 156 ਕਿਲੋਮੀਟਰ ਆਪਾਂ ਟੋਟਲ ਸਫ਼ਰ ਕਰ ਲਿਆ ਤੈ ਦੇਖ ਲਓ ਬਾਕੀ ਹਨੇਰਾ ਕਿੰਨਾ ਹੋ ਗਿਆ ਹੁਣ ਆਪਾਂ ਤੁਰ ਲੱਗੇ ਇੱਥੋਂ ਉਹ ਗਾਣੇ ਦੇ ਕਿਹੜੇ ਲੈ ਮਾਮਾ ਗੱਡੀ ਸਲੋਅ ਹੋ ਗਈ ਨਾਲੇ ਬਾਕੀ ਜਦੋਂ ਤੁਸੀਂ ਜਾਣਦੇ ਆ ਨਾ ਥੋੜਾ ਰਾਸਤਾ ਜਿਹੜਾ ਹਾਈਵੇ ਆਉਂਦਾ ਆ ਉਹਦੇ ਉੱਤੇ ਕੈਮਰੇ ਲੱਗੇ ਆ ਆਪਣੇ ਕੀ ਕਹਿੰਦੇ ਹੁੰਦੇ ਆ ਆਨਲਾਈਨ ਚਲਾਨ ਵਾਲੇ ਉਹਦਾ ਵੀ ਥੋੜਾ ਧਿਆਨ ਰੱਖਿਓ ਤੇ ਕੋਲ ਜਾ ਕੇ ਜਗਦੇ ਆ ਦੂਰੋਂ ਨਹੀਂ ਜਗਣੇ ਬਾਕੀ ਆ ਦੇਖੋ ਹਾਈਵੇ ਦੇ ਉੱਤੇ ਜਦੋਂ ਆਪਾਂ ਲਾਗੇ ਜਾਣਾ ਨਾ ਪਹਿਲਾਂ ਕੈਮਰਾ ਬੰਦ ਆ ਜਦੋਂ ਲਾਗੇ ਜਾਣਾ ਆ ਤੇ ਕੈਮਰਾ ਆਨ ਹੋ ਜਾਣਾ ਹੁਣ ਵੈਸੇ ਹੋ ਗਿਆ ਹੁਣ ਆਪਣੀ ਸਪੀਡ ਆ ਰਹੀ ਆ 34-31 ਇੰਨੀ ਹੌਲੀ ਉੱਦਾਂ ਵੈਸੇ ਆਪਾਂ ਜਾਂਦੇ ਨਹੀਂ ਹੈਗੇ ਉਹ ਸਿਰਫ ਕੈਮਰੇ ਦੇ ਖੌਫ ਨੂੰ ਪਹਿਲੀ ਟਰਨਲ 'ਚ ਆਪਾਂ ਐਂਟਰ ਹੋ ਗਏ ਹਾਂ ਦੇਖ ਲਓ ਕਿੰਨੀ ਸੋਹਣੀ ਟਰਨਲ ਆ ਅੰਦਰ ਤਾਂ ਇੱਦਾਂ ਲੱਗਦਾ ਇੰਨਾ ਜ਼ਿਆਦਾ ਉਜਾਲਾ ਨਾ ਵੀ ਮਤਲਬ ਦਿਨ ਨਹੀਂ ਚੜ ਗਿਆ ਜਦੋਂ ਬਾਹਰ ਨਿਕਲਣਾ ਦੇਖਿਓ ਹਨੇਰਾ ਆਹ ਪੱਖੇ ਜਿਹੜੇ ਲੱਗੇ ਨਾ ਇਹਦੇ ਉੱਤੇ ਇਹ ਜਹਾਜ਼ਾਂ ਵਾਲੇ ਪੱਖੇ ਆ ਹਵਾ ਕੱਢਣ ਉਹਦੇ ਨਾਲ ਆਕਸੀਜਨ ਗੈਸ ਨਿਕਲਦੀ ਰਹੇ ਹੈ ਨਾ ਨਹੀਂ ਤਾਂ ਆਕਸੀਜਨ ਘੱਟ ਸਕਦੀ ਇੱਥੇ ਬਾਕੀ ਜਦੋਂ ਦੇ ਪੰਜਾਬ ਤੋਂ ਤੁਰੇ ਹਾਂ ਸਿਰਫ ਹਿਮਾਚਲ ਵਿੱਚ ਐਂਟਰੀ ਦੇ 30-50 ਰੁਪਏ ਕਟਾਏ ਆ ਉਸ ਤੋਂ ਬਾਅਦ ਹੁਣ ਟੂਲ ਪਲਾਜ਼ਾ ਇੱਕ ਆਇਆ ਉਦੋਂ ਦਾ ਦੇਖ ਲਓ ਇੱਕ ਟੂਲ ਪਲਾਜ਼ਾ ਲਓ ਜੀ ਦੂਸਰੀ ਟਰਨਲ 'ਚ ਆਪਾਂ ਐਂਟਰ ਹੋ ਗਏ ਟਰਨਲ ਨੰਬਰ ਟਰਨਲ ਕਹਿੰਦੇ ਕੀ ਕਹਿੰਦੇ ਆ ਟਨਲ ਨੰਬਰ 5 ਕਿਆ ਬਾਤ ਹੈ ਨਜ਼ਾਰਾ ਹੀ ਆ ਜਾਂਦਾ ਇੱਥੇ ਰੋਕੇ ਬਾਕੀ ਆਪਾਂ ਟਰਨਲ ਕੋਲ ਰੁਕੇ ਹਾਂ ਤੁਹਾਨੂੰ ਦਿਖਾਈਏ ਥੋੜ੍ਹਾ ਜਿਹਾ ਆਵਾਜ਼ ਦੇਖੋ ਇਹ ਆਵਾਜ਼ ਪੱਖੇ ਦੀ ਆਉਂਦੀ ਪੱਖੇ ਚੱਲਦੇ ਵਿੱਚ ਬਹੁਤ ਵੱਡੇ ਵੱਡੇ ਤੇ ਹਵਾ ਨਿਕਲਦੀ ਆ ਬਾਹਰ ਬਾਕੀ ਹੁਣ ਆਪਾਂ ਚੱਲੇ ਹਾਂ ਇੱਥੇ ਤੋਂ 2 ਮਿੰਟ ਹੀ ਰੁਕੇ ਸੀਗੇ ਬੰਦੇ ਫੋਟੋ ਕਰਾ ਰਹੇ ਪਰ ਉੱਪਰ ਕੈਮਰਾ ਵੀ ਲੱਗਾ ਹੋਇਆ ਭਰਾਵਾ ਡਰ ਹੀ ਆ ਦਸ ਕੁ ਮਿੰਟ ਹੀ ਖੜੇ ਵੀ ਡਰ ਲੱਗਿਆ ਕਿਤੇ ਇੱਦਾਂ ਵਿੱਚੋਂ ਆਵਾਜ਼ਾਂ ਆਉਂਦੀਆਂ ਮਤਲਬ ਜਿਹੜੇ ਪੱਖੇ ਲੱਗੇ ਨਾ ਅੰਦਰ ਜਹਾਜ਼ਾਂ ਵਾਲੇ ਪੱਖੇ ਲੱਗੇ ਆ ਜਿਹੜੇ ਹਵਾ ਬਾਹਰ ਕੱਢਦੇ ਆ ਉਹਦੇ ਅੰਦਰ ਆਕਸੀਜਨ ਬਣੀ ਰਹਿੰਦੀ ਆ ਅਤੇ ਬੜਾ ਡਰ ਲੱਗਦਾ ਬਹੁਤ ਵਧੀਆ ਲੱਗਦਾ ਪਹੁੰਚ ਗਏ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਐਂਟਰੀ ਹੋ ਗਈ ਆਪਣੀ ਲਾ ਦਿਓ ਫਿਰ ਜਗਾਰਾ ਪਹੁੰਚ ਗਏ ਬੁਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਆਪਾਂ ਪਾਰਕਿੰਗ 'ਚ ਆ ਗਏ ਹਾਂ ਤੁਹਾਨੂੰ ਪਤਾ ਹੀ ਹੋਣਾ ਪਾਰਕਿੰਗ ਦਾ ਨਾ ਜਿਹੜੇ ਆਉਂਦੇ ਮੰਡੀ ਗੁਰਦੁਆਰਾ ਸਾਹਿਬ ਬਾਕੀ ਸੰਗਤ ਘੱਟ ਆ ਕਿਉਂਕਿ ਹੁਣ ਸੰਗਤ ਘੱਟ ਕਰਕੇ ਫਿਰ ਆਪਾਂ ਰੂਮ ਮਿਲ ਜਾਣਾ ਆਰਾਮ ਨਾਲ ਲਓ ਜੀ ਆਪਾਂ ਨੂੰ ਰੂਮ ਮਿਲ ਗਿਆ ਦੱਸਦੇ ਤੁਹਾਨੂੰ ਸਾਰਾ ਸਾਰਾ ਕੁਛ ਕੀ ਪ੍ਰਾਈਜ਼ ਕੀ ਨਹੀਂ ਲਓ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਅਤੇ ਕਮਰਾ ਵੀ ਮਿਲ ਗਿਆ ਰੂਮ ਮਿਲ ਗਿਆ 700 ਰੁਪਏ ਦੇ ਵਿੱਚ ਆਪਾਂ ਨੂੰ ਕਮਰਾ ਮਿਲਿਆ ਜੀ ਤੁਸੀਂ ਦੇਖ ਹੀ ਲਿਆ ਪਿੱਛੇ
ਡਬਲ ਬੈੱਡ ਵਾਲਾ ਨਾਲ ਬਾਥਰੂਮ ਟੈਚ ਆ ਉਹਦਾ 300 ਰੁਪਏ ਜੇ ਮਿਲ ਜਾਂਦਾ ਉਹਦੇ ਨਾਲ ਬਾਥਰੂਮ ਨਹੀਂ ਮਿਲਦੇ ਬਾਕੀ ਇੱਦਾਂ ਆ ਇੱਥੇ ਮਨੀਕਰਨ ਸਾਹਿਬ ਦੀ ਯਾਤਰਾ ਇੱਥੇ 100 ਕਿਲੋਮੀਟਰ ਹੋਰ ਹੈਗੀ ਆ ਆਹ ਗੁਰਦੁਆਰਾ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੰਡੀ ਤੋਂ ਅਤੇ ਸਵੇਰੇ ਨਿਕਲਾਂਗੇ ਆਪਾਂ ਬਾਕੀ ਅਸੀਂ 238 ਕੁ ਇੰਨਾ ਕੁ ਸਫ਼ਰ ਕਰ ਟੋਟਲ ਤੈਅ ਕਰਕੇ ਆਏ ਹਾਂ ਬਾਕੀ ਜੋ ਵੀ ਸਾਰਾ ਤੁਹਾਨੂੰ ਦੱਸਾਂਗੇ ਕਿੰਨਾ ਖਰਚਾ ਕਿੰਨਾ ਉਹ ਨੈਕਸਟ ਬਲੌਗ 'ਚ ਦੱਸਾਂਗੇ ਕਿਉਂਕਿ ਆਪਾਂ ਇਹ ਬਲੌਗ ਤਾਂ ਇੱਥੇ ਐਂਡ ਕਰਦੇ ਹਾਂ ਜਿਹੜਾ ਨਵਾਂ ਬਲੌਗ ਕੱਲ੍ਹ ਸਵੇਰੇ ਬਣਾਵਾਂਗੇ ਇੱਥੋਂ ਮੰਡੀ ਤੋਂ ਆਪਾਂ ਮਨੀਕਰਨ ਸਾਹਿਬ ਜਾਵਾਂਗੇ ਠੀਕ ਹੈ ਜੀ ਬਾਕੀ ਜਿਹਨਾਂ ਨੇ ਬਲੌਗ ਦੇਖਿਆ ਉਹਨਾਂ ਤਹਿ ਦਿਲ ਧੰਨਵਾਦ ਆ ਮਿਲਾਂਗੇ ਤੁਹਾਨੂੰ ਆਪਾਂ ਨੈਕਸਟ ਬਲੌਗ ਦੇ ਵਿੱਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।